हाँ जी सत श्री अकाल जी सारिआं नूं। अज आपां गल करन जा रहे हां पंजाब दे मशहूर सिंगर मनमोहन वारिस बारे, जिन्हां ने बहुत सारे सुपरहिट सोंग लोकां लई गाए। सब तो वड्डी गल, उन्हां दे गाने सभ्याचारक ते मीनिंगफुल हुंदे ने, उन्हां ने कदे माड़ा गाना नहीं गाया। इस वीडियो विच आपां गल करांगे उन्हां दे जीवन बारे, परिवार बारे, पत्नी ते बच्चियां बारे, म्यूजिक कैरियर बारे ते नाल ही उन्हां दी परसनल लाइफ बारे भी गल करांगे। सो सब तो पहला, मनमोहन वारिस दा असल नाम मनमोहन सिंह हीर है। इन्हां दा जन्म 3 अगस्त 1967 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਮਹਿਲਪੁਰ ਦੇ ਪਿੰਡ ਹੱਲੂਵਾਲ ਵਿੱਚ ਪਿਤਾ ਦਿਲਬਾਗ ਸਿੰਘ ਦੇ ਘਰ ਸਿੱਖ ਪਰਿਵਾਰ ਵਿੱਚ ਹੋਇਆ। ਪੰਜਾਬੀ ਸਿੰਗਰ ਕਮਲਹੀਰ ਤੇ ਸੰਗਤਾਰ ਇਹਨਾਂ ਦੇ ਛੋਟੇ ਭਰਾ ਨੇ। ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਸਾਲ 1996 ਵਿੱਚ ਪ੍ਰਿਤਪਾਲ ਕੌਰ ਹੀਰ ਦੇ ਨਾਲ ਹੋਇਆ। ਵਿਆਹ ਤੋਂ ਬਾਅਦ ਇਹਨਾਂ ਦੇ 2 ਬੱਚੇ ਹੋਏ। ਇਹਨਾਂ ਦੇ ਬੇਟੇ ਦਾ ਨਾਂ ਹੈ ਅਮਰ ਤੇ ਬੇਟੀ ਦਾ ਨਾਂ ਹੈ ਸਾਇਆ ਹੀਰ। ਮਨਮੋਹਨ ਵਾਰਿਸ ਦੀ ਉਮਰ ਸਾਲ 2022 ਦੇ ਹਿਸਾਬ ਨਾਲ 55 ਸਾਲ ਦੇ ਲਗਭਗ ਹੋ ਚੁੱਕੀ ਹੈ ਤੇ ਉਹਨਾਂ ਦੀ ਹਾਈਟ ਤਕਰੀਬਨ 5 ਫੁੱਟ 8 ਇੰਚ ਦੇ ਕਰੀਬ ਹੈ। ਇਹਨਾਂ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਿਊਜ਼ਿਕ ਦੇ ਵਿੱਚ ਕੰਪਲੀਟ ਕੀਤੀ। ਤੁਹਾਨੂੰ ਦੱਸ ਦਈਏ ਕਿ ਸਾਲ 1990 ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਕੈਨੇਡਾ ਚਲਾ ਗਿਆ ਤੇ ਅੱਜ ਕੱਲ੍ਹ ਉਹ ਵੈਨਕੂਵਰ ਕੈਨੇਡਾ ਦੇ ਵਿੱਚ ਰਹਿੰਦੇ ਨੇ। ਜਦੋਂ ਉਹ 11 ਸਾਲ ਦੇ ਸੀ ਤਾਂ ਉਹਨਾਂ ਨੇ ਆਪਣੇ ਉਸਤਾਦ ਜਸਵੰਤ ਭਵਰਾ ਤੋਂ ਮਿਊਜ਼ਿਕ ਦੀ ਟ੍ਰੇਨਿੰਗ ਲਈ। ਜੇ ਉਹਨਾਂ ਦੇ ਮਿਊਜ਼ਿਕ ਕੈਰੀਅਰ ਬਾਰੇ ਗੱਲ ਕਰੀਏ ਤਾਂ ਸਾਲ 1993 ਦੇ ਵਿੱਚ ਉਹਨਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜਿਸਦਾ ਨਾਂ ਸੀ 11 ਨਾਲ ਪਿੰਗਾਂ ਝੂਟਦੀ, ਜੋ ਕਿ ਉਸ ਸਮੇਂ ਸੁਪਰ ਡੁਪਰ ਹਿੱਟ ਰਹੀ। ਤੇ ਇਸ ਤੋਂ ਬਾਅਦ ਵੀ ਉਹਨਾਂ ਦੀਆਂ ਕਈ ਐਲਬਮਸ ਰਿਲੀਜ਼ ਹੋਈਆਂ, ਜਿੱਦਾਂ ਕਿ ਸੋਹਣਿਆਂ ਦੇ ਲਾਰੇ, ਹੱਸਦੀ ਫੁੱਲ ਕਿਰਦੇ, ਗਲੀ ਗਲੀ ਵਿੱਚ ਹੋਕੇ, ਸੱਜਰੇ ਚਲੇ ਮੁਕਲਾਵੇ, ਮਿੱਤਰਾਂ ਦਾ ਸਾਹ ਰੁਕਦਾ ਤੇ ਹੁਸਨ ਦਾ ਜਾਦੂ। ਹੁਣ ਤੱਕ ਇਹਨਾਂ ਦੀਆਂ 25 ਤੋਂ 30 ਐਲਬਮਸ ਰਿਲੀਜ਼ ਹੋ ਚੁੱਕੀਆਂ ਨੇ, ਜੋ ਕਿ ਸਾਰੀਆਂ ਹੀ ਲੋਕਾਂ ਨੂੰ ਬਹੁਤ ਪਸੰਦ ਆਈਆਂ। ਇਹਨਾਂ ਨੇ ਪਹਿਲਾਂ ਟਿਪਸ ਮਿਊਜ਼ਿਕ ਨਾਲ ਕੰਮ ਕੀਤਾ, ਪਰ ਉਸ ਤੋਂ ਬਾਅਦ ਇਹਨਾਂ ਨੇ ਪਲਾਜ਼ਮਾ ਰੈਕਰਡਸ ਦੀ ਸ਼ੁਰੂਆਤ ਕੀਤੀ ਤੇ ਜ਼ਿਆਦਾਤਰ ਐਲਬਮਸ ਤੇ ਸੌਂਗ ਇਸੇ ਲੈਵਲ ਤੋਂ ਰਿਲੀਜ਼ ਕੀਤੇ। ਤੇ ਇਸ ਤੋਂ ਬਾਅਦ ਸਾਲ 2004 ਵਿੱਚ ਇਹਨਾਂ ਨੇ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਪੰਜਾਬੀ ਵਿਰਸਾ 2004 ਦੀ ਸ਼ੁਰੂਆਤ ਕੀਤੀ ਤੇ ਪੰਜਾਬੀ ਵਿਰਸਾ ਲਾਈਵ ਸ਼ੋਅ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹਨਾਂ ਦੇ ਲਾਈਵ ਸ਼ੋਅ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਸਾਫ ਸੁਥਰੀ, ਸੱਭਿਆਚਾਰਕ ਤੇ ਮੀਨਿੰਗਫੁੱਲ ਸਿੰਗਿੰਗ ਕਰਦੇ ਨੇ। ਸਾਲ 2003 ਵਿੱਚ ਉਹ ਲੇਟ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਸ਼ਰਧਾਂਜਲੀ ਦੇਣ ਲਈ ਸ਼ੌਂਕੀ ਮੇਲਾ 2003 ਵਿੱਚ ਗਏ। ਉਹਨਾਂ ਦੀ ਵਧੀਆ ਗਾਇਕੀ ਕਰਕੇ ਉਹਨਾਂ ਨੂੰ ਸਾਲ 2016 ਵਿੱਚ PTC ਪੰਜਾਬੀ ਫਿਲਮ ਅਵਾਰਡਸ ਵੱਲੋਂ ਬੈਸਟ ਪਲੇਬੈਕ ਸਿੰਗਰ ਦਾ ਅਵਾਰਡ ਦਿੱਤਾ ਗਿਆ। ਸੋ ਇੱਦਾਂ ਪੰਜਾਬੀ ਸਿੰਗਰ ਮਨਮੋਹਨ ਵਾਰਿਸ ਆਪਣੇ ਫੈਨਸ ਲਈ ਹਮੇਸ਼ਾ ਕੁਝ ਚੰਗਾ ਹੀ ਲੈ ਕੇ ਆਉਂਦੇ ਨੇ ਤੇ ਆਉਂਦੇ ਰਹਿਣਗੇ। ਸੋ ਤੁਹਾਨੂੰ ਮਨਮੋਹਨ ਵਾਰਿਸ ਦੀ ਬਾਇਓਗ੍ਰਾਫੀ ਕਿੱਦਾਂ ਲੱਗੀ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।